ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਵਾਈ ਯਾਤਰਾ ਦੇ ਦੌਰਾਨ ਨਜਾਇਜ਼ ਰੇਤ ਦੀ ਮਾਈਨਿੰਗ ਨੂੰ ਰੋਕਣ ਦੇ ਆਦੇਸ਼ਾਂ ਦੇ ਬਾਅਦ ਪ੍ਰਸ਼ਾਸਨ ਅਤੇ ਰੇਤ ਮਾਫੀਆ ਵਿੱਚ ਹਫਰਾ ਦਫਰੀ ਮਚ ਗਈ ਅਤੇ ਪ੍ਰਸ਼ਾਸਨ ਦੀ ਸਖਤੀ ਦੇ ਬਾਅਦ ਤਕਰੀਬਨ ਰੇਤ ਦੀ ਮਾਈਨਿੰਗ ਬੰਦ ਹੋ ਗਈ। ਜਿਵੇਂ ਹੀ ਰੇਤ ਦੀ ਮਾਈਨਿੰਗ ਬੰਦ ਹੋਈ, ਰੇਤ ਮਾਫੀਆ ਨੇ ਬਲੈਕ ਵਿੱਚ ਰੇਤ ਵੇਚਣੀ ਸ਼ੁਰੂ ਕਰ ਦਿੱਤੀ। ਜਿਹੜੀ ਰੇਤ ਦੀ ਟਰਾਲੀ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ 2000 ਰੁਪਏ ਦੇ ਵਿੱਚ ਮਿਲਦੀ ਸੀ, ਹੁਣ ਉਹ 7 ਤੋਂ 8000 ਰੁਪਏ ਵਿੱਚ ਮਿਲਣੀ ਸ਼ੁਰੂ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਸਖਤੀ ਵਰਤਣ ਦੇ ਬਾਵਜੂਦ ਵੀ ਰੇਤ ਮਾਫੀਆ ਚੋਰੇ ਛਿਪੇ ਰੇਤ ਦੀ ਮਾਈਨਿੰਗ ਕਰ ਰਹੇ ਹਨ ਤੇ ਪ੍ਰਸ਼ਾਸਨ ਉਹਨਾਂ ਨੂੰ ਅਣਦੇਖੀ ਕਰ ਰਿਹਾ ਹੈ। ਮੈਂ ਮਕਾਨ ਮੇਰਾ ਅਧੂਰਾ ਸੀ, ਮੈਂ ਕਿਹਾ ਚਲ ਰੇਤੇ ਦਾ ਪਤਾ ਹੀ ਕਰ ਲੈਂਦੇ ਹਾਂ ਤੇ ਬਹੁਤ ਦਿਨਾਂ ਬਾਅਦ ਥੋੜਾ ਹੱਥ ਪਿਆ ਸੀ, ਮੈਂ ਚਲ ਰੇਤਾ ਪਤਾ ਕਰਨ ਗਿਆ। ਜਦੋਂ ਪਤਾ ਕਰਨ ਗਿਆ, ਜਿਹੜੀ ਟਰਾਲੀ ਮੈਨੂੰ ਕੁਝ ਦਿਨ ਪਹਿਲਾਂ, ਕੁਝ ਮਹੀਨੇ ਪਹਿਲਾਂ 2000 ਜਾਂ 2200 ਰੁਪਏ ਦੀ ਮਿਲਦੀ ਸੀ, ਉਹ 300 ਫੁੱਟੀ ਟਰਾਲੀ, ਐਕਸਟਰਾ 9000, 10000, 12000। ਮੈਂ ਕਿਹਾ ਭਾਅ ਜੀ ਇੰਨਾ ਰੇਟ? ਕਹਿੰਦਾ ਹਾਂ ਭਾਅ ਜੀ ਰੇਟ। ਮੈਂ ਕਿਹਾ ਟਰਾਲੀ ਆ ਰੇਟ ਕਿੱਥੋਂ ਚੱਲ ਪਿਆ? ਕਹਿੰਦਾ ਜਿੰਨੀ ਟਰਾਲੀ ਭਰੀ ਉਸ ਰੇਟ ਅਸੀਂ ਲੈ ਲੈਂਦੇ ਹੁੰਦੇ ਹਾਂ। ਚਲੋ ਫਿਰ ਘਰੇ ਆਇਆ, ਵਿਚਾਰ ਕੀਤੀ, ਫਿਰ ਮੈਂ ਕਿਹਾ ਚਲੋ ਆਪਾਂ ਟਿੱਪਰ ਦਾ ਰੇਟ ਤਾਂ ਪਤਾ ਕਰੀਏ, ਇੰਨਾ ਰੇਟ ਕਿੱਥੋਂ ਹੋ ਗਿਆ? ਜੇ ਮੈਂ ਟਿੱਪਰ ਦਾ ਰੇਟ ਪੁੱਛਿਆ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਟਿੱਪਰ ਦਾ ਰੇਟ ਪਹਿਲਾਂ ਤਾਂ ਸੀਗਾ ਜਿਹੜਾ ਕਿ ਬਹੁਤ ਸਸਤਾ ਲੱਗ ਰਿਹਾ ਸੀ, 23 ਤੋਂ ਲੈ ਕੇ 24000 ਵਿੱਚ ਮੈਨੂੰ ਸਸਤਾ ਲੱਗ ਰਿਹਾ ਉਸੇ ਟਿੱਪਰ ਦਾ ਰੇਟ। ਇਸ ਟਾਈਮ 35-40, 35-40, ਹੁਣ ਗਰੀਬ ਬੰਦਾ ਕਿੱਥੇ ਜਾਵੇ? ਇਹ ਫੈਕਟਰੀ ਬਣ ਰਹੀ ਆ ਜੀ, ਸਾਨੂੰ ਰੇਤਾ ਨਹੀਂ ਮਿਲ ਰਹੀ। ਆਹ ਲੇਬਰ ਦੇਖੋ ਇੱਦਾਂ ਖੜੀ ਆ ਜੀ, ਆਹ ਮਸ਼ੀਨ ਸਾਡੀ ਬੰਦ ਪਈ ਆ ਜੀ, ਸੀਮਿੰਟ ਇੱਦਾਂ ਪਿਆ ਸਾਡੇ ਕੋਲ, ਰੇਤਾ ਨਹੀਂ ਮਿਲ ਰਹੀ। ਰੇਤਾ ਬਗੈਰ ਸਾਡਾ ਲੈਂਟਰ ਰੁਕਿਆ ਆ, ਅਸੀਂ ਰੇਤਾ ਇੰਤਜ਼ਾਰ ਕਰ ਰਹੇ, ਰੇਤਾ ਨਹੀਂ, ਪੂਰੇ ਸ਼ਹਿਰ ਵਿੱਚ ਘੁੰਮ ਕੇ ਆਏ ਹਾਂ, ਰੇਤਾ ਕਿਤੋਂ ਨਹੀਂ ਮਿਲ ਰਹੀ ਜੀ। ਆਹ ਲੇਬਰ ਸਾਡੀ ਬੈਠੀ ਹੈ ਜੀ, ਬਿਲਕੁਲ ਨਹੀਂ ਕੰਮ। ਰੇਤਾ ਪਹਿਲਾਂ 10-12 ਰੁਪਏ ਫੁੱਟ ਮਿਲਦੀ ਸੀ, ਇਸ ਟਾਈਮ 25-35 ਰੁਪਏ, 30 ਰੁਪਏ ਫੁੱਟ ਦੇ ਰਹੇ ਆ। ਕੋਈ ਵੀ ਰੇਤਾ ਮਿਲ ਨਹੀਂ ਰਹੀ, ਪਹਿਲੀ ਪਹਿਲੀ ਗੱਲ ਤਾਂ ਰੇਤਾ ਮਿਲ ਨਹੀਂ ਰਹੀ, ਬਜਰੀ ਦੇ ਭਾਅ ਰੇਤਾ ਹੋ ਰਹੀ ਆ।